ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ ਨਿਊਜ਼ ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਦੋਸਤੋ ਇਹਨਾਂ ਖਬਰਾਂ ਨੂੰ ਸ਼ੁਰੂ ਕਰ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਮਾਨ ਸਰਕਾਰ ਦੀ ਸਖਤੀ ਕਿਹਾ ਬੱਚਿਆਂ ਦੀ ਸੁਰੱਖਿਆ ਪਹਿਲ ਸਕੂਲੀ ਬਸ ਸਵਜ ਹਾਸਲ ਇਹ ਮੈਨੇਜਮੈਂਟ ਜ਼ਿੰਮੇਵਾਰ ਮਾਨ ਸਰਕਾਰ ਦਾ ਵੱਡਾ ਫੈਸਲਾ ਛੋਟੇ ਬੱਚਿਆਂ ਦੇ ਟੀਕਾ ਕਰਨ ਨੂੰ ਲੈ ਕੇ ਫੋਨ ਤੇ ਪੇਜਾ ਜਾਵੇਗਾ ਅਲਰਟ ਮੈਸੇਜ 37 ਸਾਲ ਨੌਕਰੀ ਤੋਂ ਬਾਅਦ ਹੋ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਵਿੱਚ ਪੜਾ ਰਹੇ ਹਨ ਇਸ ਸਾਬਕਾ ਪ੍ਰੋਫੈਸਰ ਮਾਨ ਸਰਕਾਰ ਨੇ ਨਜਾਇਜ਼ ਮਾਈਨਿੰਗ ਤੇ ਕੱਸਿਆ ਸਿਕੰਜਾ ਮੰਤਿਆ ਦਾਵਾ ਖਾਤਮ ਹੋਇਆ ਪੰਜਾਬ ਚ ਮਾਈਨਿੰਗ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸੀਚੇਵਾਲ ਜਾਣਗੇ ਰਾਜ ਸਭਾ ਭਗਵੰਤ ਮਾਨ ਨੇ ਕੀਤਾ ਐਲਾਨ ਮਾਨ ਸਰਕਾਰ ਦਾ ਵੱਡਾ ਫੈਸਲਾ ਹੁਣ ਸਰਕਾਰੀ ਦਫ਼ਤਰਾਂ ਚ ਫਾਈਲਾਂ ਦੀ ਬਜਾਏ ਹੋਵੇਗਾ ਆਨਲਾਈਨ ਕੰਮ ਮਾਨ ਸਰਕਾਰ ਦਾ ਵੱਡਾ ਐਲਾਨ ਸੇਵਾ ਕੇਂਦਰਾਂ ਚ 100 ਤੋਂ ਜ਼ਿਆਦਾ ਹੋਰ ਸੇਵਾਵਾਂ ਸ਼ੁਰੂ ਕੀਤੀਆਂ ਸੀ ਜੇ ਭਗਵੰਤ ਮਾਨ ਨੂੰ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਸਵਾਬ ਸਕਦੇ ਹਨ ਪਿਛਟ ਆਕੂਆਂ ਦੀ ਸੂਚੀ ਕਾਂਗਰਸੀ ਵਿੱਚ ਮੱਚੀ ਖਲਬਲੀ ਨਾਜਾਇਜ਼ ਕਲੋਨੀਆਂ ਵਾਲੇ ਪਲਾਟਾਂ ਦੇ ਹੁਣ ਨਹੀਂ ਹੋਵੇਗੇ ਜਿਸ ਤੇ ਸਰਕਾਰ ਨੇ ਜਾਰੀ ਕੀਤੇ ਸਖਤ ਹੁਕਮ ਟੂਰ ਆਫ ਡਿਊਟੀ ਤਹਿਤ 4 ਸਾਲ ਲਈ ਫੌਜ ਵਿੱਚ ਹੋਵੇਗੀ ਭਾਰਤੀ ਜਾਨੋ ਨਿਜਮ ਕੇਂਦਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ ਇਸ ਤਰੀਕ ਤੋਂ 27000 ਰੁਪਏ ਵਧੇਗੀ ਤੁਹਾਡੀ ਤਨਖਾਹ ਸਜ਼ਾ ਹੋਣ ਦੇ ਬਾਵਜੂਦ ਵੀ ਨੌਜੋਸ ਸਿੱਧੂ ਦੇ ਹੱਕ ਵਿੱਚ ਲੱਗੇ ਬੋਰ ਉੱਠੀ ਇਹ ਮੰਗਾ ਕਿ ਬੰਦ ਹੋਣਗੇ 2000 ਰੁਪਏ ਦੇ ਨੋਟ ਬਜਾਜ ਤੇਜ਼ੀ ਨਾਲ ਗਾਇਬ ਹੋ ਰਹੇ ਤਾਂ ਦੋਸਤੋ ਇਸ ਵੀ ਆਪਣੀ ਇਸ ਵੀਡੀਓ ਦੀਆਂ ਚੌਣਵੀਆਂ ਖਬਰਾਂ ਹੁਣ ਗੱਲਬਾਤ ਕਰਦੇ ਆ ਜੀ ਇਹਨਾਂ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ ਮਾਨ ਸਰਕਾਰ ਦੀ ਸਖਤੀ ਕਿਹਾ ਬੱਚਿਆਂ ਦੀ ਸੁਰੱਖਿਆ ਪਹਿਲਾ ਸਕੂਲੀ ਬੱਸਾਂ ਸਕੂਲੀ ਬੱਸਾਂ 'ਚ ਹਾਦਸੇ ਦੀ ਮੈਨੇਜਮੈਂਟ ਜ਼ਿੰਮੇਵਾਰ ਆ। ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਮਾਨ ਸਰਕਾਰ ਨੇ ਸਕੂਲ ਮੈਨੇਜਮੈਂਟਾਂ ਨੂੰ ਬੱਸਾਂ ਦੇ ਬਕਾਇਆ ਦਾ ਭੁਗਤਾਨ 5 ਅਗਸਤ ਤੱਕ ਕਰਨ ਲਈ ਕਿਹਾ ਹੈ। ਇਹਦੇ ਨਾਲ ਹੀ ਸਕੂਲੀ ਵਾਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਪੇਸ਼ੀ ਨੂੰ 31 ਅਗਸਤ ਤੱਕ ਬਿਲਕੁਲ ਠੀਕ ਕਰ ਲਈ ਕਿਹਾ ਗਿਆ ਹੈ। ਟਰਾਂਪੋਰਟ ਮੰਤਰੀ ਲਾਲੀ ਸਿੰਘ ਭੁੱਲਰ ਨੇ ਸ਼ਨੀਵਾਰ ਨੂੰ ਸੂਬੇ ਦੇ ਸਮੂਹ ਸਕੂਲ ਪ੍ਰਬੰਧਕਾਂ ਨੂੰ ਸਕੂਲੀ ਬੱਸਾਂ ਦੇ ਬਕਾਇਆ ਦਾ ਭੁਗਤਾਨ 5 ਅਗਸਤ ਤੱਕ ਕਰ ਲੈ ਕਿਹਾ ਤੇ ਕਿਹਾ ਤੇ ਤੈਸ ਸਮੇਂ ਤੋਂ ਬਾਅਦ ਉਲੰਘਣਾ ਕਰਨ ਵਾਲਿਆ ਖਿਲਾਫ ਸਰਕਾਰ ਵੱਲੋਂ ਐਮਨਿਟੀ ਸਕੀਮ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ ਵਕ ਵਕ ਸਕੂਲਾਂ ਦੇ ਮਾਲਕਾਂ ਤੇ ਪ੍ਰਬੰਧਕਾਂ ਨਾਲ ਮੀਟਿੰਗਦਾਨ ਮੰਤਰੀ ਭੁੱਲਰ ਨੇ ਸੇਫ ਸਕੂਲ ਵਾਂਗ ਸਕੀਮ ਸਹੀ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਪੂਰਨ ਸਹਿਯੋਗ ਦੀ ਮੰਗ ਕਰਦਿਆਂ ਸਪਸ਼ਟ ਕੀਤਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਵਿੱਚ ਕੋਈ ਵੀ ਟਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲੀ ਬਸਾਂ ਵੀ ਕਰਤੀਆਂ ਗੈਸ ਤੱਕ ਠੀਕ ਕੀਤਾ ਜਾਵੇਗਾ ਮਾਨ ਸਰਕਾਰ ਦਾ ਵੱਡਾ ਫੈਸਲਾ ਛੋਟੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਫੋਨ ਤੇ ਭੇਜਿਆ ਜਾਵੇਗਾ ਅਲਰਟ ਮੈਸੇਜ। ਉਸ ਤੋਂ ਛੋਟੇ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਹਰ ਪੱਖੋਂ ਤੰਦਰੁਸਤ ਰੱਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਪੰਜਾਬ 'ਚ ਟੀਕਾਕਰਨ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਸਾਰੇ 5 ਸਾਲਾਂ ਤੋਂ ਘਾਟੋ ਉਮਰ ਦੇ ਬੱਚਿਆਂ ਦਾ ਟੀਕਾ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਅੰਜ ਸਮੇਂ ਤੇ ਜਿਹੜਾ ਟੀਕਾ ਲੱਗਣਾ ਹੋਵੇਗਾ ਉਸ ਮੁਤਾਬਕ ਸਿਹਤ ਭਾਗ ਵੱਲੋਂ ਮਾਪਿਆਂ ਨੂੰ ਫੋਨ ਤੇ ਅਲਰਟ ਮੈਸੇਜ ਭੇਜਿਆ ਜਾਵੇਗਾ ਤਾਂ ਜੋ ਕਿਸੇ ਵੀ ਬੱਚੇ ਦਾ ਉਸ ਸਮੇਂ ਲੱਗਣ ਵਾਲਾ ਟੀਕਾ ਰਹਿ ਨਾ ਜਾਵੇ ਬੱਚੇ ਦੀ ਉਮਰ ਮੁਤਾਬਕ ਲੱਗਣ ਵਾਲੇ ਟੀਕੇ ਦੀ ਸਮਾਂ ਸਾਰਣੀ ਮੁਤਾਬਕ ਪਹਿਲਾਂ ਅਲਰਟ ਮੈਸੇਜ 1 ਮਹੀਨਾ ਪਹਿਲਾਂ ਭੇਜ ਜਾਵੇਗਾ ਇਸ ਮਗਰੋਂ 1 ਹਫ਼ਤੇ ਅਤੇ ਇੱਕ ਫਿਰ 1 ਦਿਨ ਪਹਿਲਾਂ ਮਾਪਿਆਂ ਨੂੰ ਫੋਨ ਤੇ ਅਲਰਟ ਮੈਸੇਜ ਭੇਜ ਜਾਣਗੇ ਤਾਂ ਜੋ ਉਸ ਸਮੇਂ ਸਰ ਆਪਣੇ ਛੋਟੇ ਬੱਚਿਆਂ ਨੂੰ ਟੀਕਾ ਲਗਵਾ ਸਕਨ ਸੀਐਮ ਮਾਨ ਨੇ ਕਿਹਾ ਕਿ ਇਹ ਮਹਿੰਮ ਬੱਚਿਆਂ ਬਿਮਾਰੀ ਤੋਂ ਮੁਕਤ ਤੇ ਤੰਦਰੁਸਤ ਰੱਖਣ ਲਈ ਚਲਾਈ ਜਾ ਰਹੀ ਹੈ 37 ਸਾਲਾਂ ਤੋਂ ਬਾਅਦ ਹੁਣ ਲੋੜਵੰਦ ਵਿਦਿਆਰਥੀਆਂ ਨੂੰ ਮਹਤਵ ਵਿੱਚ ਪੜਾ ਰਹੇ ਹਨ ਇਹ ਸਾਬਕਾ ਪ੍ਰੋਫੈਸਰ ਲੁਧਿਆਣਾ ਦੇ ਇੱਕ ਕਾਲਜ ਵਿੱਚ ਪ੍ਰਿੰਸੀਪਲ ਦੀ ਸੇਵਾਵਾਂ ਨਿਭਾਉਣ ਤੋਂ ਬਾਅਦ ਰਟਾਇਰ ਹੋਏ ਆਰ. ਪੀ. ਸਿੰਘ ਅੱਜ ਲੋੜਵੰਦ ਵਿਦਿਆਰਥੀਆਂ ਨੂੰ ਬਹੁਤ ਵਚ ਸਿੱਖਿਆ ਹਾਸਲ ਕਰਵਾ ਰਹੇ ਹਨ ਜਗਬਨ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਪ੍ਰੋਫੈਸਰ ਨੇ ਕਿਹਾ ਕਿ ਲੁਧਿਆਣਾ ਦੇ ਇੱਕ ਕਾਲਜ ਵਿੱਚ 37 ਸਾਲ ਪ੍ਰੋਫੈਸਰ ਅਤੇ ਪ੍ਰਿੰਸੀਪਲ ਦੀ ਨੌਕਰੀ ਕਰਨ ਤੋਂ ਬਾਅਦ ਰਟਾਇਰ ਹੋ ਗਏ ਸਨ ਅਤੇ 2014 ਚ ਅਸੀਂ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ ਦੱਸਿਆ ਕਿ ਅਸੀਂ ਪਲੱਸ 1 ਅਤੇ ਪਲੱਸ 2 ਦੇ ਮੈਡੀਕਲ ਅਤੇ ਨਾਨ ਮੈਡੀਕਲ ਦੇ ਵਿਦਿਆਰਥੀ ਜੋ ਸਰਕਾਰੀ ਸਿੱਖਿਆ ਹਾਸਲ ਕਰਦੇ ਹਨ ਅਤੇ ਆਰਥਿਕ ਤੌਰ ਤੇ ਕਮ ਹਰ ਹਨ ਉਹਨਾਂ ਨਾਲ ਰਾਏ ਰਾਪ ਦਾ ਕਾਇਮ ਕਰਕੇ ਉਹਨਾਂ ਨੇ ਮਤ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਹੈ ਮਾਨ ਸਰਕਾਰ ਨੇ ਨਜਾਇਜ਼ ਮਾਈਨਿੰਗ ਤੇ ਕਸ਼ਿਆ ਸ਼ਕੰਜਾ ਮੰਤਰੀ ਦਾਵਾ ਖਤਮ ਹੋਇਆ ਪੰਜਾਬ ਚ ਮਾਈਨਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਰ ਕਾਨੂੰਨੀ ਮਾਈਨਿੰਗ ਤੇ ਸਖੰਜਾ ਹੋਰ ਕੱਸਿਆ ਹੈ ਇਸ ਕਾਰਨ ਹੁਣ ਸੂਬੇ ਚ ਕਾਨੂੰਨੀ ਮਾਈਨਿੰਗ 1 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ ਪੰਜਾਬ ਦੀ ਸਰਕਾਰ ਨੇ ਮਾਈਨਿੰਗ ਤੋਂ ਵੱਧ ਤੋਂ ਵੱਧ ਮਾਲੀਆ ਕਮਾਉਂਦਾ ਫੈਸਲਾ ਕੀਤਾ ਹੈ ਅਸਲੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਤੇ ਪੂਰਨ ਤੌਰ ਤੇ ਰੋਕ ਲਾ ਦਿੱਤੀ ਗਈ ਹੈ ਵਿਧਾਨ ਸਭਾ ਚੋਣਾਂ ਦੌਰਾਨ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਪੱਗ ਗਿਆ ਸੀ ਹੁਣ ਆਮ ਆਦਮੀ ਪਾਰਟੀ ਨੇ ਵੀ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਜੋੜ ਦਾ ਢੰਗ ਨਾਲ ਉਠਾਇਆ ਸੀ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਨੇ ਵੀ ਇਸ ਲਈ ਵੀ ਜ਼ੋਰ ਫੜ ਲਿਆ ਕਿਉਂਕਿ ਸਾਬਕਾ ਮੁੱਖ ਮੰਤਰੀ ਚਾਂਦੀ ਚੰਨੀ ਦੇ ਰਿਸ਼ਤੇਦਾਰ ਨੂੰ ਛਾਪੇ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਸੀ ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਕਾਨੂੰਨੀ ਮਾਈਨਿੰਗ 1 ਲੱਖ ਮੈਟ੍ਰਿਕ ਟਨ ਤੱਕ ਪਹੁੰਚ ਗਈ ਹੈ ਪਿਛਲੇ ਸਰਕਾਰ ਸਮੇ 40000 ਮੈਟ੍ਰਿਕ ਟਨ ਕਾਨੂੰਨੀ ਮਾਈਨਿੰਗ ਹੁੰਦੀ ਸੀ ਤਾਂ ਪਿਛਲੇ ਸਾਲ ਲੁਧਿਆਣਾ ਵਿੱਚ 2285 ਮੈਟ੍ਰਿਕ ਟਨ ਮਾਈਨਿੰਗ ਹੋਈ ਸੀ ਜਦੋਂ ਕਿ ਇਸ ਸਾਲ ਲੁਧਿਆਣਾ ਵਿੱਚ 22397 ਮੈਟ੍ਰਿਕ ਟਨ ਕਾਨੂੰਨੀ ਮਾਈਨਿੰਗ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਜਿੰਨੀ ਜ਼ਿਆਦਾ ਕਾਨੂੰਨੀ ਮਾਈਨਿੰਗ ਹੋਵੇਗੀ ਉਨਹੀਂ ਸਰਕਾਰ ਦੀ ਆਮਦਨ ਵਧੇਗੀ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸੀਚੇਵਾਲ ਜਾਣਗੇ ਰਾਜ ਸਭਾ ਭਗਵੰਤ ਮਾਨ ਨੇ ਕੀਤਾ ਐਲਾਨ ਉਸ ਤੋਂ ਆਮ ਆਦਮੀ ਪਾਰਟੀ ਆਪ ਮਸ਼ਹੂਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸੀਚੇਵਾਲ ਨੂੰ ਰਾਜ ਸਭਾ ਭੇਜੇਗੀ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਪਿੰਡ ਸੀਚੇਵਾਲ ਪਹੁੰਚੇ ਤੇ ਸੰਤ ਬਲਬੀਰ ਸੀਚੇਵਾਲ ਨਾਲ ਮੁਲਾਕਾਤ ਕੀਤੀ ਸੀ ਇਸ ਦੇ ਬਾਰੇ ਚਰਚਾ ਤੇਜ਼ ਹੋ ਗਈ ਸੀ ਪੰਜਾਬ ਦੀਆਂ ਦੋ ਰਾਜ ਸਭਾ ਸੀਟਾਂ ਲਈ 24 ਤੋਂ 31 ਮਈ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ ਅਤੇ 117 'ਚੋਂ 92 ਵਿਧਾਇਕ ਹੋਣ ਕਾਰਨ ਦੋਵੇਂ ਸੀਟਾਂ ਆਪ ਦੇ ਖਾਤੇ ਵਿੱਚ ਜਾਣੀਆਂ ਯਕੀਨੀ ਨੇ ਭਗਵਾਨਤਮਾਨ ਨੇ ਕਿਹਾ ਕਿ ਮੈਨੂੰ ਸੂਚਿਤ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੋ ਪਦਮ ਸ਼੍ਰੀ ਆਵਾਰਨ ਦਾ ਸਨਮਾਨਿਤ ਅਕਸਿ ਜੀ ਨੂੰ ਰਾਜ ਸਭਾ ਮੈਂਬਰ ਨਾਮਜ਼ਦ ਕਰ ਰਹੀ ਹੈ ਤੇ ਇੱਕ ਵਾਤਾਵਰਨ ਪ੍ਰੇਮੀ ਪਦਮ ਸ਼੍ਰੀ ਸਤਬਲਬੀ ਸਿੰਘ ਸੀਚੇਵਾਲ ਦੂਜੇ ਪੰਜਾਬੀ ਕਲਚਰ ਨਾਲ ਸੰਬੰਧਿਤ ਪਦਮ ਸ਼੍ਰੀ ਵਿਕਰਮਜੀਤ ਸਾਨੀ ਦੋਵਾਂ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਮਾਨ ਸਰਕਾਰ ਦਾ ਵੱਡਾ ਫੈਸਲਾ ਹੁਣ ਸਰਕਾਰੀ ਦਫ਼ਤਰ ਚ ਫਾਈਲਾਂ ਦੀ ਬਜਾਏ ਹੋਵੇਗਾ ਆਨਲਾਈਨ ਕੰਮ ਉਤਤ ਭਗਵਾਨਤਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਸਾਹਮਣੇ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਇਸ ਮੀਟਿੰਗ ਵਿੱਚ ਪੰਜਾਬ ਵਿੱਚ ਈ ਆਫਿਸ ਸਿਸਟਮ ਸ਼ੁਰੂ ਕਰਨ ਤੇ ਜੋਰ ਦਿੱਤਾ ਗਿਆ ਹੈ। ਈ ਆਫਿਸ ਸਿਸਟਮ ਦਾ ਮਤਲਬ ਹੈ ਹੁਣ ਸਰਕਾਰੀ ਦਫ਼ਤਰਾਂ ਵਿੱਚ ਫਾਈਲਾਂ ਦੀ ਬਜਾਏ ਆਨਲਾਈਨ ਕੰਮ ਹੋਵੇਗਾ। ਸੀਐਮ ਮਾਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਈ ਆਫਿਸ ਸਰਕਾਰੀ ਦਫ਼ਤਰਾਂ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਵੇਗਾ। ਮਾਨ ਸਰਕਾਰ ਦਾ ਵੱਡਾ ਐਲਾਨ ਕੇਂਦਰਾ ਚ 100 ਤੋਂ ਜ਼ਿਆਦਾ ਸੇਵਾਵਾਂ ਸ਼ੁਰੂ ਕੀਤੀਆਂ ਪੰਜਾਬ ਦੀ ਮਾਨ ਸਰਕਾਰ ਦਾ ਇੱਕ ਹੋਰ ਵੱਡਾ ਫੈਸਲਾ ਆਇਆ ਜੀ ਪੰਜਾਬ ਦੇ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਵਾਧਾ ਕੀਤਾ ਗਿਆ ਹੁਣ ਸੇਵਾ ਕੇਂਦਰਾਂ ਵਿੱਚ 100 ਤੋਂ ਵੱਧ ਨਵੀਆਂ ਸੇਵਾਵਾਂ ਉਪਲਬਧ ਹੋਣਗੀਆਂ ਹੁਣ ਤੱਕ ਸੇਵਾ ਕੇਂਦਰਾਂ ਚ 380 ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਇਸ ਮੌਕੇ ਸੀਐਮਪਿਕ ਪੰਜਾਬ ਭਗਵੰਤ ਮਾਨ ਨੇ ਟਵਿੱਟਰ 'ਆਹੀਂ' ਜਾਣ ਕੇ ਦਿੱਤੀ ਹੈ ਕਿ ਆਮ ਲੋਕਾਂ ਤੱਕ ਸਹੂਲਤਾਂ ਪਹੁੰਚਾਉਣ ਲਈ ਲੋਕਾਂ ਦੇ ਪਿੰਡ ਸ਼ਹਿਰ ਪੱਧਰ ਤੇ ਸੇਵਾਵਾਂ ਦੇਣ ਲਈ ਅੱਜ ਪੰਜਾਬ ਦੇ ਸੇਵਾ ਕੇਂਦਰਾਂ 'ਚ ਮਿਲ ਰਹੀ ਹੈ ਸਹੂਲਤਾਂ 'ਚ ਵਾਧਾ ਕਰਦੇ 100 ਤੋਂ ਜ਼ਿਆਦਾ ਹੋਰ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਸੀ ਆ ਭਗਵੰਤ ਮਾਨ ਨੂੰ ਮਿਲਣਗੇ ਕੈਪਟਨ ਅਮਰਿੰਦਰ ਸਿੰਘ ਸੌਂਪ ਸਕਦੇ ਹਨ ਪ੍ਰਿਸ਼ਟ ਆਗੂਆਂ ਦੀ ਸੂਚੀ ਕਾਂਗਰਸੀਆਂ ਵਿੱਚ ਮੱਚੀ ਖਲਬਲੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਅਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ਸੂਚੀ ਸੌਂਪਣਗੇ ਕੈਪਟਨ ਦੀ ਇਸ ਸੱਟੇਬਾਜ਼ੀ ਨੇ ਕਾਂਗਰਸੀਆਂ ਆਗੂਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਪੈਦਾ ਕਰ ਦਿੱਤਾ ਉਸ ਨੂੰ ਡਰ ਹੈ ਕਿ ਕਿਤੇ ਕਪਤਾਨ ਉਸ ਦਾ ਨਾਮ ਨਾ ਦੇ ਦੇਵੇ ਦੱਸ ਦੇ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੀ ਕੈਬਨਿਟ ਦੇ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਬਰਖਾਸਤ ਕਰ ਦਿੱਤਾ ਸੀ ਸੂਤਰਾਂ ਅਨੁਸਾਰ ਜਾਣਕਾਰੀ ਮਿਲੀ ਹੈ ਕਿ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਜਲਦੀ ਹੀ ਸਾਂਸਰ ਮੈਂਬਰ ਪਤਨੀ ਪ੍ਰਨੀਤ ਕੌਰ ਨਾਲ ਸੀਐਮ ਭਗਵੰਤ ਮਾਨ ਨੂੰ ਮਿਲਣਗੇ ਜਿਸ ਵਿੱਚ ਉਹ ਸਾਭ ਦਾ ਪੱਿਛਟ ਮੰਤਰੀ ਤੇ ਵਿਧਾਇਕਾਂ ਦੀ ਸੂਚੀ ਸੌਂਪਣਗੇ ਖਾਸ ਤੌਰ ਤੇ ਜਿਹੜੇ ਲੋਕ ਪਹਿਲੀ ਸਰਕਾਰ ਚ ਰੇਤ ਦੀ ਨਜਾਇਜ਼ ਮਾਈਨਿੰਗ ਵਿੱਚ ਸ਼ਾਮਲ ਸਨ ਇਸ ਵਿੱਚ 6 ਮੰਤਰੀਆਂ ਦੇ ਨਾਮ ਸਾਹਮਣੇ ਆ ਰਹੇ ਨੇ ਇਸ ਤੋਂ ਇਲਾਵਾ ਕੈਪਟਲ ਸ਼ਰਾਬ ਦੇ L1 ਦਾ ਠੇਕਾ ਲੈਣ ਵਾਲੇ ਦਾ ਵੀ ਪਰਦਾਫਾਸ਼ ਕਰ ਸਕਦੇ ਨੇ ਨਜਾਇਜ਼ ਕਲੋਨੀ ਵਾਲੇ ਪਲਾਟਾਂ ਦੀ ਹੁਣ ਨਹੀਂ ਹੋਵੇਗੀ ਜਿਸ ਤਰੀਕ ਸਰਕਾਰ ਨੇ ਜਾਰੀ ਕੀਤੇ ਸਖਤ ਹੁਕਮ ਤੌਰਤ ਸੂਬੇ ਵਿੱਚ ਬਣੀਆਂ ਨਜਾਇਜ਼ ਕਲੋਨੀਆਂ ਤੇ ਸਖਤ ਰੁਖ ਅਖਤਿਆਰ ਕਰਦਿਆ ਪੰਜਾਬ ਸਰਕਾਰ ਨੇ ਨਜਾਇਜ਼ ਕਲੋਨੀਆਂ ਵਾਲੇ ਪਲਾਟਾ ਰਜਿਸਟਰੀ ਤੇ ਰੋਕ ਲਗਾ ਦਿੱਤੀ ਹੈ ਇਸ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਸੂਬੇ ਵਿੱਚ ਲੀਆਂ ਨਜਾਇਜ਼ ਕਲੋਨੀਆਂ ਨੂੰ ਲੈ ਕੇ ਰੈਗੂਲਰ ਕਰਨ ਲਈ ਦੋ ਵਾਰ ਵਿਸ਼ੇਸ਼ ਐਕਟ ਲਿਆ ਚੁੱਕੀਆਂ ਨੇ ਜਿਸ ਦੇ ਤਹਿਤ ਇੱਕ ਖਾਸ ਰਾਸ਼ੀ ਦੀ ਅਦਾਇਗੀ ਕਰਨ ਤੋਂ ਬਾਅਦ ਹੀ ਇਹਨਾਂ ਕਲੋਨੀਆਂ ਨੂੰ ਰੈਗੂਲਰ ਕਰਨ ਦੀ ਸ਼ੋਰ ਦਿੱਤੀ ਗਈ ਸੀ ਪਰ ਨਾ ਤਾਂ ਕਲੋਨਾਈਜ਼ਰਾਂ ਨੇ ਇਸ ਵਿੱਚ ਰੁਚੀ ਦਿਖਾਈ ਤੇ ਨਾ ਹੀ ਇਨ੍ਹਾਂ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਇਸ ਦੇ ਇਸ ਤੋਂ ਬਾਅਦ ਹੁਣ ਮਾਲੀਆ ਵਿਭਾਗ ਨੇ ਸਖਤ ਕਦਮ ਚੁੱਕਦੇ ਹੋਏ ਸਾਰੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਹੁਕਮ ਦਿੱਤਾ ਕਿ ਉਹ ਨਜ਼ਰ ਕਲੋਨੀਆਂ ਵਿੱਚ ਪਲਾਟਾਂ ਦੀ ਰਜਿਸਟਰੀ ਨਾ ਕਰਨ ਟੂਰ ਆਫ ਡਿਊਟੀ ਤਹਿਤ 4 ਸਾਲਾਂ ਲਈ ਫੋਰਵਰਟ ਹੋਵੇਗੀ ਭਾਰਤੀ ਜਨਨ ਨਿਜਮ ਦੋਸਤ ਦੇਸ਼ ਦੀ ਸੇਵਾ ਕਰਨਾ ਹਰ ਨਾਗਰਿਕ ਦਾ ਸੁਪਨਾ ਤੇ ਫਰਜ਼ ਹੈ ਬਹੁਤ ਸਾਰੇ ਨੌਜਵਾਨ ਭਾਰਤੀ ਫਾਇ ਵਿੱਚ ਭਾਰਤੀ ਹੋਣ ਦੇ ਸੁਪਨੇ ਵੇਖਦੇ ਨੇ ਅਜੇ ਹੀ ਜੇ ਟੂਰ ਆਫ ਡਿਊਟੀ ਤਹਿਤ ਭਾਰਤ ਦੇ ਨੌਜਵਾਨਾਂ ਨੂੰ ਇਹ ਮੌਕਾ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ ਹੁਣ ਭਾਰਤੀ ਫੌਜ ਜਲ ਸੈਨਾ ਤੇ ਹਵਾਈ ਸੈਨਾ ਵਿੱਚ ਜਵਾਨਾਂ ਦੀ ਭਰਤੀ ਟੂਰ ਆਫ ਡਿਊਟੀ ਤਹਿਤ ਕੀਤੀ ਜਾਵੇਗੀ ਇਸ ਵਿੱਚ ਵਿਵਸਥਾ ਕੀਤੀ ਗਈ ਹੈ ਕਿ ਟੂਰ ਆਫ ਡਿਊਟੀ ਤਹਿਤ ਨੌਜਵਾਨਾਂ ਦਾ 4 ਸਾਲੇ ਫੌਜ ਵਿੱਚ ਭਾਗੀ ਕੀਤਾ ਜਾਵੇਗਾ ਹਾਲਾਂਕਿ ਟੂਰ ਆਫ ਡਿਊਟੀ ਯਾਨੀ ਅਗਨੀ ਪਥ ਯੋਜਨਾ ਦੇ ਤਹਿਤ ਇਹਨਾਂ ਜਵਾਨਾਂ ਨੂੰ ਫੌਜ ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਭਰਤੀ ਦੀ ਨਵੀਂ ਪ੍ਰਣਾਲੀ ਵਿੱਚ ਕੁਝ ਬਦਲਾਅ ਪ੍ਰਸਤਾਵਿਤ ਕੀਤੇ ਗਏ ਨੇ ਟੂਰ ਆਫ ਡਿਊਟੀ ਤਹਿਤ ਭਰਤੀ ਕੀਤੇ ਗਏ ਜਵਾਨਾਂ ਵਿੱਚੋਂ 100% ਨੂੰ 4 ਸਾਲ ਬਾਅਦ ਸੇਵਾ ਤੋਂ ਮੁਕਤ ਕਰ ਦਿੱਤਾ ਜਾਵੇਗਾ ਅਤੇ ਫਿਰ ਉਹਨਾਂ ਵਿੱਚੋਂ 25% ਨੂੰ ਪੂਰੀ ਸੇਵਾ ਲਈ ਮੁੜ ਭਰਤੀ ਕੀਤਾ ਜਾਵੇਗਾ ਮਿਲੀ ਜਾਣਕਾਰੀ ਅਨੁਸਾਰ ਟੂਰ ਆਫ ਡਿਊਟੀ ਦੇ ਫਾਈਨਲ ਫਾਰਮੈਟ 'ਤੇ ਕਾਫੀ ਚਰਚਾ ਹੋਈ ਹੈ ਤੇ ਕੁਝ ਨਵੇਂ ਸੁਝਾਅ ਦਿੱਤੇ ਗਏ ਹਨ ਤਾਂ ਉਹਨਾਂ ਨੂੰ ਸਵੀਕਾਰ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਨਵੀਂ ਭਰਤੀ ਹੋਣ ਦਾ ਐਲਾਨ ਹੋਣ ਦੀ ਸੰਭਾਵਨਾ ਹੈ ਕੇਂਦਰੀ ਕਰਮਚਾਰੀਾਂ ਲਈ ਵੱਡੀ ਖੁਸ਼ਖਬਰੀ ਇਸ ਤਰੀਕੇ ਤੋਂ 27000 ਰੁਪਏ ਵਧੇਗੀ ਤੁਹਾਡੀ ਤਨਖਾਹ ਕਉਤ ਕੇਂਦਰ ਸਰਕਾਰ ਦੇ ਕਰਮਚਾਰੀ ਵਾਲੀ ਵੱਡੀ ਖਬਰ ਹੈ ਦੋਸਤੋ ਜੇਕਰ ਤੁਸੀਂ ਵੀ ਸਰਕਾਰੀ ਕਰਮਚਾਰੀ ਹੋ ਅਤੇ ਤਨਖਾਹ ਵਾਧੇ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਜੁਲਾਈ ਚ ਜੁਲਾਈ ਤੋਂ ਤੁਹਾਡੇ ਖਾਤੇ ਵਿੱਚ ਹੋਰ ਪੈਸੇ ਆ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਤਨਖਾਹ ਵਿੱਚ ਪੂਰੇ 27000 ਰੁਪਏ ਦਾ ਵਾਧਾ ਹੋ ਸਕਦਾ ਹੈ ਏਆਈ ਸੀਪੀਆਈ ਇੰਡੈਕਸ ਮੁਤਾਬਕ ਇਸ ਵਾਰ ਸਰਕਾਰ ਡੀਏ ਵਿੱਚ ਪੂਰੇ 4 ਫੀਰੀ ਦਾ ਵਾਧਾ ਕਰ ਸਕਦੀ ਹੈ ਜਿਸ ਤੋਂ ਬਾਅਦ ਮੁਲਾਜ਼ਮਾਂ ਦਾ ਡੀਏ 34% ਤੋਂ ਵਾ ਕੇ 38% ਹੋ ਜਾਵੇਗਾ ਤੇ ਸਾਲ 2022 ਦੇ ਪਹਿਲੇ 2 ਮਹੀਨਿਆਂ ਵਿੱਚ ਸੂਚਕਾਂਕ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਜਨਵਰੀ ਵਿੱਚ ਇਹ 125.1 ਫਰਵਰੀ ਵਿੱਚ 125 ਅਤੇ ਮਾਰਚ ਵਿੱਚ 126 ਸੀ ਜਿਸ ਨਾਲੇ ਜੇਕਰ April, May ਅਤੇ June ਵਿੱਚ ਇਹ 126 ਤੋਂ ਉੱਪਰ ਰਹਿੰਦਾ ਹੈ ਤਾਂ ਸਰਕਾਰ ਡੀਏ ਵਿੱਚ 4% ਦਾ ਵਾਅਦਾ ਕਰ ਸਕਦੀ ਹੈ ਜੁਲਾਈ ਮਹੀਨੇ ਤਨਖਾਹ ਵਿੱਚ ਵਧੀ ਹੋਈ ਰਕਮ ਬਕਾਇਆ ਸਮੇਤ ਮਿਲ ਸਕਦੀ ਹੈ ਸਜਾ ਹੋਂ ਦੇ ਬਾਜੂ ਵੀ ਨਵਜੋਤ ਸਿੱਧੂ ਦੇ ਹੱਕ ਵਿੱਚ ਲੱਗੇ ਬੋਰ ਉੱਠੀ ਇਹ ਮੰਗਾ ਰੋਡ ਰੇਜ਼ ਮਾਮਲੇ ਦੇ ਦੋਸ਼ੀ ਕਰਾ ਦਿੱਤੇ ਜਾਣ ਤੋਂ ਬਾਅਦ ਨਵਜੋਤ ਸਿੱਧੂ ਜਿੱਥੇ ਪਟਿਆਲਾ ਜ਼ਿਲ੍ਹੇ ਵਿੱਚ ਬੰਦ ਹੈ ਉੱਥੇ ਹੀ ਇਸ ਸ਼ਾਹੀ ਸ਼ਹਿਰ ਚ ਨਵਜੋਤ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤਕਾਰ ਸਿੱਧੂ ਦੇ ਹੱਕ ਚ ਫਲੈਕਸ ਬੋਰ ਲਗਾਏ ਜਾਣਾ ਸ਼ੁਰੂ ਹੋ ਗਏ ਨੇ ਪਟਿਆਲਾ ਚ ਵਾਕੋ ਕਿ ਥਾਮਦੇ ਸਿੱਧੂ ਜੋੜੇ ਦੇ ਫਲੈਕਸ ਬੋਰ ਲਗਾਏ ਗਏ ਨੇ ਦੱਸਦੇ ਕਿ ਇਨ੍ਹਾਂ ਫਲੈਕਸ ਬੋਰਾਂ ਤੇ ਜਿੱਤੇਗਾ ਪੰਜਾਬ ਲਿਖਿਆ ਹੋਇਆ ਇਹ ਫਲੈਕਸ ਸਿੱਧੂ ਦੇ ਸਮਰਥਕਾਂ ਮਨਸਿਮਰਤ ਅਸੰਗ ਸ਼ੈਰੀ ਯਾਰਡ ਵੱਲੋਂ ਲਗਾਏ ਗਏ ਹਨ ਇਸ ਦੌਰਾਨ ਗੱਲਬਾਤ ਕਰਦੇ ਸ਼ੈਰੀ ਯਾਰਡ ਨੇ ਕਿਹਾ ਕਿ ਇਸ ਫਲੈਕਸ ਬੋਰਡ ਨੂੰ ਲਗਾਉਣ ਦਾ ਇੱਕੋ ਇੱਕ ਮਕਸਦ ਹੈ ਕਿ ਨਵਜੋਸ ਸਿੱਧੂ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਉਹਨੇ ਕਿਹਾ ਕਿ ਸਿੱਧੂ ਦਾ ਸੁਪਨਾ ਪੰਜਾਬ ਜਿਸ ਨੂੰ ਸੋਹਣੇ ਦੀ ਚਿੜੀ ਵਜੋਂ ਜਾਣਿਆ ਜਾਂਦਾ ਹੈ ਨੂੰ ਸਿਖਰ ਤੇ ਲੈ ਜਾਣਾ ਹੈ ਸਿੱਧੂ ਲਕੋੜ ਇੱਕ ਵਿਜ਼ਨ ਹੈ ਜਿਸ ਨਾਲ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲਿਆਂਦਾ ਜਾ ਸਕਦਾ ਹੈ ਉਹਨੇ ਕਿਹਾ ਕਿ ਨਵਜੋਸ ਸਿੱਧੂ ਉਹ ਨੇਤਾ ਹਨ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਲੈ ਕੇ ਆਪਣੀ ਕੁਰਸੀ ਵੀ ਛੱਡ ਦਿੱਤੀ ਸੀ ਅਜਿਲੇ ਅਸੀਂ ਉਹਨਾਂ ਨੇ ਸੋਚਦੇ ਪੈਰਾਂ ਦੇ ਰਹੇ ਉਹਨਾਂ ਕਿਹਾ ਕਿ ਸਿੱਧੂ ਨੂੰ ਖਾਸੇ ਦੀ ਸਜ਼ਾ ਭੁਗਤਨੀ ਪੈ ਰਹੀ ਹੈ ਪਰ ਅਸੀਂ ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ ਕਿ ਬੰਦ ਹੋਣ ਕੇ 2000 ਰੁਪਏ ਦੇ ਨੋਟ ਪੰਜਾਹ ਚ ਤੇਜ਼ੀ ਨਾਲ ਹੋ ਰਹੇ ਨੇ ਗਾਇਬ ਤਾਂ ਦੋਸਤੋ ਅੱਜ ਦੀ ਜਿਹੜੀ ਲਾਸਟ ਖਬਰ ਹੈ ਜੀ ਕਿ ਤੁਸੀਂ ਧਿਆਨ ਦਿੱਤਾ ਕਿ ਏਟੀਐਮ ਵਿੱਚੋਂ ਤੁਹਾਡੇ ਹੱਥ ਵਿੱਚ ਕਿੰਨੀ ਵਾਰ 2000 ਰੁਪਏ ਦੇ ਨੋਟ ਆਏ ਨੇ ਜੇ ਤੁਸੀਂ ਨੋਟਿਸ ਕੀਤਾ ਹੋਵੇਗਾ ਤਾਂ ਸਮਝ ਗਏ ਹੋਵੋਗੇ ਕਿ 2000 ਰੁਪਏ ਦੀ ਨੋਟ ਜ਼ੀਰੋ ਵਾਈ ਤੇ ਕੱਟ ਹੋ ਗਈ ਹੈ ਆਰਬੀਏ ਦੇ ਸਾਲਾਨਾ ਰਿਪੋਰਟ ਅਨੁਸਾਰ ਕਿ 2000 ਰੁਪਏ ਦੇ ਬੈਂਕ ਨੋਟਾਂ ਦੀ ਗਿਣਤੀ 'ਚ ਪਿਛਲੇ ਕੁਝ ਸਾਲਾਂ ਤੋਂ ਗਿਰਾਵਟ ਦਾ سلسلہ جاری ਹੈ ਇਸ ਸਾਲ ਮਾਰਚ ਅਖੀਰ ਤੱਕ ਰਵਾਇਤਵਲੇ ਕੁੱਲ ਨੋਟਾਂ 'ਚ ਇਹਨਾਂ ਦੀ ਹਿੱਸੇਦਾਰੀ ਘਟ ਕੇ 214 ਕਰੋੜਾਂ 1.6 ਫੀਦੀ ਰਹਿ ਗਈ ਹੈ ਇਸ ਸਾਲ ਮਾਰਚ ਤੱਕ ਸਾਰੇ ਮੁੱਲ ਵਰਗ ਦੇ ਨੋਟਾਂ ਦੀ ਗਿਣਤੀ 1353 ਕਰੋੜ ਸੀ ਇਸ ਤੋਂ ਇੱਕ ਸਾਲ ਪਹਿਲਾਂ ਇਸੇ ਮਿਆਚੇ ਆਂਕੜਾ 12437 ਕਰੋੜ ਸੀ ਪਾਤਝੜ ਬੈਂਕ ਦੀ ਰਿਪੋਰਟ ਮੁਤਾਬਕ 2020 ਚ ਅਖੀਰ ਚ ਰਵਾਇਤ ਤੇ ਸ਼ਾਮਲ 2000 ਰੁਪਏ ਦੇ ਮੁੱਲਵਰਗ ਵਾਲੇ ਨੋਟਾਂ ਦੀ ਗਿਣਤੀ 274 ਕਰੋੜ ਸੀ ਇਹ ਅੰਕੜਾ ਰਵਾਇਤ ਚ ਕੋਲ ਕਰੰਸੀ ਨੋਟਾਂ ਦੀ ਗਿਣਤੀ ਦਾ 2.4 ਫੀਦੀ ਸੀ ਇਸ ਤੋਂ ਬਾਅਦ 2021 ਚ 2021 ਤੱਕ ਰਵਾਇਤ ਤੇ ਸ਼ਾਮਲ 2000 ਦੇ ਨੋਟਾਂ ਦੀ ਗਿਣਤੀ ਘਟ ਕੇ 245 ਕਰੋੜ ਜਾਂ 2 ਫੀਦੀ ਰਹਿ ਗਈ ਹੈ ਤੇ ਪਿਛਲੇ ਵਿੱਤੀ ਸਾਲ ਦੇ ਅਖੀਰ ਚ ਇਹ ਅੰਕੜਾ 214 ਕਰੋੜ ਜਾਂ 1.6 ਫੀਦੀ ਤੱਕ ਰਹਿ ਗਿਆ ਤੇ ਇਹ ਅੰਕੜੇ ਮਾਤਰਾ ਦੇ ਲਿਹਾਜ਼ ਨਾਲ ਨੇ ਤਾ ਦੋਸਤੋ ਇਹ ਸੀਗੀਆਂ ਆਪਣੀਆਂ ਅੱਜ ਸਵੇਰ ਦੀਆਂ ਤਾਜ਼ਾ ਤਰੀਨ ਵਡੀਆਂ ਖਬਰਾਂ ਦੋਸਤੋ ਸਾਰੇ ਦੁਆਰ ਦਿੱਤੀ ਗਈ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਇਸ ਜਾਣਕਾਰੀ ਨੂੰ ਵਾਰ-ਵਾਰ ਤੋਂ ਵਾਰੇ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਇਸ ਵੀਡੀਓ ਨੂੰ ਪਹੁੰਚਾਉਣਾ ਤੇ ਜਿਨ੍ਹਾਂ ਦੋਸਤਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਦੋਸਤੋ ਅਸੀਂ ਮਿਲਦੇ ਹਾਂ ਜੇ ਅਗਲੇ ਦਿਨ ਦੀਆਂ ਨਵੀਆਂ ਤੇ ਹੋਰ ਤਾਜ਼ਾ ਖਬਰਾਂ ਨਾਲ ਹੁੰਦਲੀਏ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ